ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਦੇ ਵਿੱਚ ਆਇਆ ਸਿਆਸਤਦਾਨਾਂ ਦਾ ਹੜ੍ਹ। ਕੱਲ੍ਹ ਕੈਪਟਨ ਅਮਰਿੰਦਰ ਸਿੰਘ ਅਤੇ ਅੱਜ ਹਰਸਿਮਰਤ ਕੌਰ ਬਾਦਲ ਨੇ ਕੀਤਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ। ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਹੈਲੀਕਾਪਟਰ ਜ਼ਰੀਏ ਦੌਰਾ ਕੀਤਾ ਅਤੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਵਾਇਆ। ਇਸ ਤੋਂ ਇਲਾਵਾ ਉਹਨਾਂ ਨੇ ਹੜ੍ਹ ਨਾਲ ਪੀੜਿਤ ਲੋਕਾਂ ਨੂੰ ਬਣਦੀ ਮਦਦ ਦੇਣ ਦੀ ਗੱਲ ਆਖੀ। ਉੱਥੇ ਹੀ ਆਪਣੀ ਸਿਆਸਤੀ ਗਤੀਵਿਧੀਆਂ ਨੂੰ ਗਰਮ ਰੱਖਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਹਲਕਾ ਫਲੋਰ ਦੇ ਪਿੰਡਾਂ ਦਾ ਜਾਇਜ਼ਾ ਲਿਆ। ਇਹਨਾਂ ਪਿੰਡਾਂ ਦੇ ਦੌਰੇ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਦਲ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਹੜ੍ਹ ਵਰਗੀਆਂ ਆਪਦਾਵਾਂ ਤਾਂ ਕੁਦਰਤੀ ਸਨ, ਪਰ ਜੇਕਰ ਕਾਂਗਰਸ ਦੇ ਮੈਂਬਰ ਰਾਣਾ ਗੁਰਜੀਤ ਅਤੇ ਰੇਤ ਮਾਈਨਿੰਗ ਵਿੱਚ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਇਹਨਾਂ ਇਲਾਕਿਆਂ ਨੂੰ ਹੜ੍ਹ ਦਾ ਇੰਨਾ ਪ੍ਰਭਾਵ ਨਹੀਂ ਸੀ ਪੈਣਾ। ਅਤੇ ਉਹਨਾਂ ਨੇ ਸਰਕਾਰ 'ਤੇ ਤਾਨਾ ਕੱਸਦਿਆਂ ਕਿਹਾ ਕਿ ਸ਼ਾਇਦ ਹੁਣ ਸਰਕਾਰ ਹਰਕਤ ਵਿੱਚ ਆਵੇ। ਇਸ ਤੋਂ ਇਲਾਵਾ ਉਹਨਾਂ ਨੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕੀਤਾ ਅਤੇ ਆਪਣੀ ਪੂਰੀ ਹਮਦਰਦੀ ਜਤਾਈ। ਉਹਨਾਂ ਨੇ ਕਿਹਾ ਕਿ ਪੂਰਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਮਦਦ ਲਈ ਹਰ ਸਮੇਂ ਹਾਜ਼ਰ ਹੈ। ਅਤੇ ਇੱਕ ਵਾਰ ਉਹਨਾਂ ਨੇ ਫਿਰ ਰਾਣਾ ਗੁਰਜੀਤ ਦਾ ਰੇਤ ਮਾਈਨਿੰਗ ਵਿੱਚ ਜ਼ਿਕਰ ਕਰਦਿਆਂ ਕਾਰਵਾਈ ਕਰਨ ਦੀ ਮੰਗ ਆਖੀ। ਇਸ ਤੋਂ ਉਪਰੰਤ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਸਰਕਾਰ ਨੂੰ ਕੁਦਰਤੀ ਆਪਦਾਵਾਂ ਵਰਗੇ ਹਾਲਾਤ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਕੋਲ 450 ਕਰੋੜ NDRF ਫੰਡ ਹੈ। ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਸਰਕਾਰ ਇਹ ਫੰਡ ਹੜ੍ਹ ਪ੍ਰਭਾਵਿਤ ਸੂਬਿਆਂ ਤੱਕ ਪਹੁੰਚਾ ਕੇ ਲੋਕਾਂ ਦੀ ਮਦਦ ਕਰੇ। ਉਹਨਾਂ ਨੇ ਸਰਕਾਰ ਨੂੰ ਇਹ ਗੁਹਾਰ ਸੀ ਕਿ ਇਹ ਫੰਡ ਜਲਦੀ ਸੈਸ਼ਨ ਕਰਕੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਸਹਾਇਤਾ ਦਿੱਤੀ ਜਾਵੇ। ਸਿਰਫ ਤੁਹਾਨੂੰ ਅਹਿਸਾਸ ਦਿਲਾਉਣ ਵਾਸਤੇ ਕਿ ਤੁਹਾਡੇ ਇਸ ਦੁੱਖ ਦੀ ਘੜੀ ਵਿੱਚ ਹਲੇ ਮੈਂ ਨਹੀਂ ਸਮੂਹ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜੀ ਹੈ। ਹਾਂ, ਇਹ ਜ਼ਰੂਰ ਸਹੀ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਤੇ ਬਹੁਤ ਹੀ ਅਜ਼ੀਜ਼ ਵੱਖ ਵੱਖ ਪਿੰਡਾਂ ਤੋਂ ਨੇੜੇ ਨੇੜੇ ਤੋਂ ਪਹੁੰਚੇ ਵੀਰੋ ਤੇ ਭੈਣੋ ਅਤੇ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਫਸੋਸ ਹੈ ਕਿ ਤੁਹਾਡੇ ਵਿੱਚ ਆਈ ਦੀ ਆ ਪਹਿਲੀ ਵਾਰੀ ਤੇ ਉਹਦੇ ਕਿਹੋ ਜਿਹੇ ਸਮੇਂ 'ਚ ਜਿੱਥੇ ਤੁਹਾਡੇ ਉੱਤੇ ਬਹੁਤ ਹੀ ਵੱਡਾ ਦੁੱਖਾਂ ਦਾ ਪਹਾੜ ਕਹਿ ਸਕਦੀ ਹਾਂ, ਕਿਉਂਕਿ ਟੈਲੀਵਿਜ਼ਨ 'ਚ ਜਿਹੜਾ ਮੈਂ ਦੇਖਦੀ ਰਹੀ ਹਾਂ ਪਿਛਲੇ 2-3 ਦਿਨਾਂ ਤੋਂ ਕਿ ਸਾਡੇ ਕਿਸਾਨਾਂ ਦੇ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਫੇਰ ਨਹੀਂ ਝੇਲਦਾ, ਸੋਚ ਕੇ ਕਿ ਨਾ ਅੱਗੇ ਵੀ ਹੋਰ ਫਸਲ ਹੋ ਗਈ, ਨੁਕਸਾਨ ਹੋ ਗਿਆ, ਲੇਕਿਨ ਜਿਹਦੀ ਫਸਲ ਵੀ ਗਈ, ਤਿੰਨਕਾ ਜੋੜ ਕੇ ਤੁਹਾਡਾ ਘਰ ਵੀ ਗਿਆ, ਭਾਜੀ ਕੈਮਰਾ ਨੁਕਸਾਨ ਹੋ ਗਿਆ, ਬਾਕੀ ਵੀ ਹੈਗਾ। ਇਹਨਾਂ ਹਾਲਾਤਾਂ ਦੇ ਇੱਕ ਤਰੀਕੇ ਤੋਂ ਸੂਬੇ ਦੀ ਸਰਕਾਰ ਨੂੰ ਜਗਾਉਣ ਵਾਸਤੇ ਜ਼ਰੂਰ ਆਈ ਆ, ਕਿਉਂਕਿ ਅੱਜ ਜਿਹੜਾ ਇਹ ਨੁਕਸਾਨ ਹੋਇਆ ਹੈ, ਕੁਦਰਤ ਦੀ ਕਹਿਰ ਜਿਹੜੀ ਹੁੰਦੀ ਉਹਨੂੰ ਕੋਈ ਰੋਕ ਨਹੀਂ ਸਕਦਾ। ਅੱਜ ਸਾਡੇ ਦੇਸ਼ ਦੇ 12-15 ਇਹੋ ਜਿਹੇ ਸੂਬੇ ਨੇ ਜਿਨ੍ਹਾਂ ਨੇ ਮੀਂਹ ਦੇ ਕਾਰਨ ਇਸ ਬਰਸਾਤ ਦੇ ਮੌਸਮ 'ਚ ਵੱਡੀ ਤਬਾਹੀ ਲੈ ਕੇ ਆਏ ਨੇ, ਲੇਕਿਨ ਕੁਦਰਤ ਦੀ ਕਹਿਰ ਤਾਂ ਇਨਸਾਨ ਕੁਦਰਤ ਦਾ ਭਾਣਾ ਮੰਨ ਕੇ ਮੰਨ ਲੈਂਦਾ ਹੈ। ਲੇਕਿਨ ਜੇ ਇੱਕ ਸੁੱਤੀ ਹੋਈ ਸਰਕਾਰ ਆਪਦੀ ਜ਼ਿੰਮੇਵਾਰੀ ਨੂੰ ਪੂਰੇ ਨਾ ਕਰਦੇ ਹੋਏ ਜਿਹੜੀ ਉਹਦੇ ਬਾਅਦ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਦੇ ਕੁਛ ਪਿੰਡਾਂ ਵਿੱਚ ਵੀ ਮੈਂ ਜਾਵਾਂਗੀ, ਜਹਾਂ ਜਹਾਂ ਪਾਣੀ ਜ਼ਿਆਦਾ ਆਇਆ ਹੁਆ ਹੈ ਉਨ ਪਿੰਡੋਂ ਕਾ ਦੌਰਾ ਕਰਕੇ ਇਨ ਤਿੰਨੋਂ ਇਲਾਕੋਂ ਮੈਂ ਜਾਊਂਗੀ, ਸ਼ਾਹਕੋਟ, ਸੁਲਤਾਨਪੁਰ ਲੋਧੀ। ਮੈਡਮ, ਕਿਆ ਸਮਝਦੇ ਹੈ ਕਿ ਜੋ ਜੇ ਹੜ੍ਹ ਆਏ ਹੈ, ਲੋਕ ਕਹਿ ਰਹੇ ਹੈ ਕਿ ਭਾਖੜਾ ਮੈਨੇਜਮੈਂਟ ਜੋ ਬੋਰਡ ਹੈ ਉਸਕੀ ਥੋੜ੍ਹੀ ਸੀ ਗਲਤੀ ਹੈ, ਕਿਉਂਕਿ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਏਕਦਮ ਸੇ ਸਾਰਾ ਛੋੜ ਲਿਆ ਗਿਆ, ਵਿਰੋਧੀ ਪਾਰਟੀਆਂ ਵਾਲੇ ਓਬਜੈਕਸ਼ਨ ਉਠਾ ਰਹੇ ਹੈ, ਆਪ ਕਿਆ ਸਮਝਦੇ? ਦੇਖੀਏ, ਸਭ ਸੇ ਬੜਾ ਕਾਰਨ ਇਸਕਾ ਯੇ ਹੈ
कि जिस सरकार की जिम्मेवारी होती है कि बरसात के टाइम में पानी आएगा, उसके लिए आपको ग्रांट दी जाती है कि आप अपनी ड्रेन साफ कराएं, आप अपने बनों को पक्का करवाएं और मजबूत कराएं। मेरा ख्याल ये तीसरी बरसात है, लेकिन इस सूबे की सरकार ने पंजाब में इतने गांव से, सब में आप पूछ लीजिए, कोई ऐसा गांव नहीं जहां पे बन मजबूत कराया गया, कोई ड्रेन सफाई करी गई। यहां तक कि बादल साहब 6-6 महीने पहले सारे डीसीज को बुला के मीटिंग करते थे कि बताएं कि आपके यहाँ पे बरसात के पानी के लिए कहाँ पे सफाई की जरूरत है, कहाँ पे बन पक्का करना है, और 3 महीने पहले उनको पैसे दे दिए जाते थे और फिर पूरी मॉनिटरिंग होती थी। मैं आपसे पूछती हूँ, पिछले 3 सालों में 2.5 सालों में बताइए जे आज तक भी किसी एक भी मीटिंग को बुलाया गया है, और कुदरत की कहर और निकम्मी सरकार की नलैकी के कारण आज गरीबों का इतना बड़ा नुकसान हुआ है कि उनकी कमाई का सारा साधन, जो फसल जिससे उन्होंने आगे की अपनी आमदनी, अपना घर बार चलाना था, वो फसल भी खराब हो गई। जो तिनका तिनका जोड़ के अपना घर बार बनाया था, उधर अपने खाने पीने का, घर का दो कुछ समान था, वो घर भी रुड़ गए और उनके पशुओं का भी नुकसान हुआ। सीधा और सीधे तौर से मैं कह सकती हूँ कि जे सरकार ने अपना फर्ज अच्छे से अदा किया होता, क्योंकि हमारे समय 10 साल हम भी इधर रहे, कुदरत की कहर को कोई रोक नहीं सकता, लेकिन सरकारों का काम होता है कि आप वहाँ पे मौजूद हो। मैं आज भी पूछती हूँ, कौन सी इमरजेंसी मीटिंग करी है मुख्यमंत्री साहब ने? कल जब पता लगा सुखबीर जी आ रहे, मैं आ रही हूँ, तो हवाई जहाज में, हेलीकॉप्टर में हवाई सर्वे करके अपने 4 चहेतों के साथ फोटो निकाल के कौन सी इमरजेंसी की मीटिंग कराई है? कोई नंबर तक भी जारी किया जहाँ कोई पीड़ित फोन करके अपनी तकलीफ तो बता सके? अच्छा मैडम, केंद्र सरकार की तरफ से कुछ एक देखिए, केंद्र सरकार अपना काम करेगी, लेकिन केंद्र सरकार तक कोई पहुंच करे? आज मैं यहाँ पे आई हूँ, मुझे किसी ने कहने की, किसी ने परसों चिट्ठी लिखी है। मैं पूछना चाहती हूँ कि केंद्र सरकार का जो NDRF हर एक सूबे को मिलता है, 125 करोड़ आपके पास पड़े हुए हैं केंद्र के, वो कहाँ पे आपने जारी किए हैं वो तो बताइए? और मांग रहे हैं, लेकिन जो है उसको कहाँ आपने दिया है, वो क्यों नहीं दे रहे लोगों को? आज मैं यहाँ पे पहुंची हूँ, मुझे किसी को कहने की जरूरत नहीं पड़ी थी। मैं पूछना चाहती हूँ कि चिट्ठी लिख के, इतना बड़ा कहर यहाँ पे है, इतनी बड़ा नुकसान हुआ है, आप सिर्फ कल एक चिट्ठी जारी कर रहे हैं? वैसे तो जब निजी कोई आपको काम होता है, अपने केस ठंडे बस्ते में डलवाने हैं या अपने मित्रों को वीजा डलवाने, तो उधर जाके बैठ जाते हैं। अब जब लोगों को जरूरत है तो ना लोगों के बीच में नजर आ रहे, ना लोगों के मुद्दे लेके वहां पहुंच रहे हैं। लेकिन चलिए, जो मैं यही कहूंगी कि इस मुश्किल के समय में मैं पंजाब के लोगों को अपील करती हूं, अपने पार्टी के हर एक वर्कर को अपील करती हूं कि जिन बेचारों के आमदन का साधन, उनकी फसल उजड़ गई, उनके घर बार से भी वो रह गए, उनके पशु भी चले गए, सोचिए कि उनका भविष्य कैसे का लग रहा है। और अपनी तरफ से जो भी आप मदद कर सकते हैं, छोटा मोटा योगदान जितना पा सकते हैं, आज ज़रूरत है कि हर एक पंजाब का वासी अपने भाई बहनों की मदद के लिए आगे आए। मैं तो यही अपील करूंगा।